ਪਤਨੀ ਟੋਪ। ਨਮਸਕਾਰ, ਅੱਜ ਤੁਹਾਨੂੰ ਅਸੀਂ ਪਤਨੀ ਟੋਪ ਜੇ ਐਂਡ ਕੇ ਦੀ ਉਹ ਜਗ੍ਹਾ ਦਿਖਾਉਣ ਜਾ ਰਹੇ ਹਾਂ ਜਿੱਥੇ ਪੰਜਾਬ ਅਤੇ ਜੇ ਐਂਡ ਕੇ ਦੇ ਲੋਕ ਇਹ ਜਗ੍ਹਾ ਦਾ ਆਨੰਦ ਲੈਣ ਵਾਸਤੇ ਇੱਥੇ ਪਹੁੰਚਦੇ ਹੈ। ਇਹਨੂੰ ਪਤਨੀ ਟੋਪ ਜਗ੍ਹਾ ਦੇ ਨਾਲ ਜਾਣਿਆ ਜਾਂਦਾ ਜੀ। ਇੱਥੇ ਤੁਸੀਂ ਕਾਫੀ ਉੱਪਰ ਜਿੱਥੇ ਇਹ ਡੱਬੇ ਮਸ਼ੀਨਾਂ ਵਗੈਰਾ ਲੱਗੀਆਂ ਜੀ, ਇਹ ਯਾਤਰੀ ਜਿਹੜੇ ਪੰਜਾਬ ਅਤੇ ਜੇ ਐਂਡ ਕੇ ਤੋਂ ਆਉਂਦੇ ਆ ਇਹ ਟੂਰਿਸਟ ਪਲੇਸ ਦਾ ਆਨੰਦ ਮਾਣਦੇ ਆ। ਅਤੇ ਅਸੀਂ ਤੁਹਾਨੂੰ ਇਹ ਇੱਥੋਂ ਦਾ ਆਨੰਦ ਜਿੱਦਾਂ ਆਉਂਦਿਆਂ ਆਉਣ ਦਾ ਵੀ ਅਤੇ ਜਾਣ ਦਾ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਵੀ ਇੱਥੇ ਦੇ ਲੋਕ ਕਿੱਦਾਂ ਖੇਤੀ ਕੁਦਰਤ ਦੀਆਂ ਚੀਜ਼ਾਂ ਨਾਲ ਕਿੱਦਾਂ ਪਿਆਰ ਕਰਦੇ ਆ। ਇੱਥੇ ਬੜਾ ਕੁਝ ਵੇਖਣ ਨੂੰ ਵੀ ਮਿਲਦਾ ਵੀ ਜੇ ਅਸੀਂ ਕੁਦਰਤ ਦੀਆਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਸਾਨੂੰ ਕੁਦਰਤ ਖੂਬਸੂਰਤੀ ਦੇਵੇਗੀ। ਆਓ ਅਸੀਂ ਤੁਹਾਨੂੰ ਇੱਥੋਂ ਦੀ ਖੂਬਸੂਰਤੀ ਜੇ ਐਂਡ ਕੇ ਦੀ ਪਤਨੀ ਟੋਪ ਪਤਨੀ ਹਾਈਟ 'ਤੇ ਲੈ ਕੇ ਜਾ ਰਹੇ ਹਾਂ। ਵੈਲਕਮ ਜੀ ਆਇਆਂ ਜੇ ਐਂਡ ਕੇ ਪਤਨੀ ਟੋਪ ਦਾ ਦ੍ਰਿਸ਼ ਜੇ ਤੁਸੀਂ ਵੇਖ ਰਹੇ ਹੋ ਅਤੇ ਇੱਥੋਂ ਦੀ ਖੂਬਸੂਰਤੀ ਗੰਡੋਲੇ ਦੇ ਰਾਹੀਂ ਪਤਨੀ ਟੋਪ ਹਾਈਟ 'ਤੇ ਵੱਲ ਜਾ ਰਹੀ ਹੈ, ਇਸ ਦਾ ਆਨੰਦ ਮਾਣ ਸਕਦੇ ਹੋ। ਲੋਕ ਇੱਥੇ ਇੰਜੋਏ ਕਰਨ ਛੁੱਟੀਆਂ 'ਤੇ ਆਏ ਹੋਏ ਹੈ। ਬਹੁਤ ਵਧੀਆ ਇੱਥੋਂ ਦਾ ਮੌਸਮ ਸੁਹਾਣਾ, ਬਹੁਤ ਹੀ ਵਧੀਆ ਇੱਥੋਂ ਦੀ ਖੂਬਸੂਰਤੀ, ਲੋਕ ਬੱਚੇ ਪੂਰਾ ਆਨੰਦ ਮਾਣ ਰਹੇ ਹਨ। ਅੱਜ ਦੀ ਇਹ ਖੂਬਸੂਰਤੀ ਕਿਉਂ ਦਿਖ ਰਹੀ ਹੈ? ਕਿਉਂਕਿ ਇੱਥੋਂ ਦੇ ਜਿਹੜੇ ਲੋਕ ਹੈ ਇਹ ਪੌਦਿਆਂ ਨਾਲ ਪਿਆਰ ਕਰਦੇ ਹੈ, ਕੁਦਰਤ ਦੀਆਂ ਚੀਜ਼ਾਂ ਨਾਲ ਪਿਆਰ ਕਰਦੇ ਹੈ। ਜਦੋਂ ਅਸੀਂ ਕੁਦਰਤ ਦੀਆਂ ਚੀਜ਼ਾਂ ਨੂੰ ਪਿਆਰ ਨਹੀਂ ਕਰਦੇ ਜਾਂ ਉਹ ਤੋਂ ਦੂਰ ਜਾਂਦੇ ਹਾਂ ਉੱਥੇ ਕੁਦਰਤ ਵੀ ਖੁਸ਼ ਨਹੀਂ ਹੁੰਦੀ, ਉੱਥੇ ਫਿਰ ਆਪੇ ਗਰਮੀ ਦੇ ਤਾਪਮਾਨ ਵੱਧ ਜਾਂਦੇ ਹੈ। ਇਸ ਕਰਕੇ ਸਾਡੇ ਸਾਰੇ ਦੁਨੀਆ ਭਰ ਵਿੱਚ ਇਹ ਮੈਸੇਜ ਸਾਨੂੰ ਦੇਣਾ ਚਾਹੀਦਾ ਵੀ ਜਿਹੜਾ ਇੱਥੋਂ ਦਾ ਖੂਬਸੂਰਤੀ ਕਿਵੇਂ ਬਣੀ ਹੈ, ਕਿਵੇਂ ਲੋਕ ਆਨੰਦ ਲੈਣ ਆਉਂਦੇ ਆ ਇੱਥੇ, ਇਹ ਆਨੰਦ ਤੁਸੀਂ ਵੀ ਲੈ ਸਕਦੇ ਹੋ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਹੀ ਪੌਦਿਆਂ ਨਾਲ ਕੁਦਰਤ ਦੀਆਂ ਚੀਜ਼ਾਂ ਨਾਲ ਪਿਆਰ ਕਰੋ ਅਤੇ ਇਹ ਬਿਲਕੁਲ ਆਪ ਵੀ ਇਸਦਾ ਆਨੰਦ ਮਾਣ ਸਕਦੇ ਹੋ। ਮੈਂ ਤੁਹਾਡੀ ਮੁਲਾਕਾਤ ਕਰਾ ਰਿਹਾ ਜੀ ਜੇ ਐਂਡ ਕੇ ਦਿਆਂ ਲੋਕਾਂ ਨਾਲ, ਇੱਥੋਂ ਦਿਆਂ ਵਾਤਾਵਰਨ ਨਾਲ, ਜਿਹੜੀਆਂ ਹੀ ਬਹੁਤ ਅੱਛੀਆਂ ਚੀਜ਼ਾਂ ਇੱਥੇ ਵੇਖਣ ਨੂੰ ਮਿਲਦੀਆਂ ਜੀ। ਲੋਕ ਕਾਫੀ ਪੰਜਾਬ ਤੋਂ, ਜੇ ਐਂਡ ਕੇ ਤੋਂ, ਜੰਮੂ ਤੋਂ ਆਨੰਦ ਮਾਣਨ ਲਿਆਉਂਦੇ ਆ। ਆਹ ਦੇਖੋ ਕਿਵੇਂ ਭਰੀਆਂ ਗੱਡੀਆਂ ਜਾਂਦੀਆਂ ਅਤੇ ਭਰੀਆਂ ਹੀ ਆਉਂਦੀਆਂ ਇਸ ਜਗ੍ਹਾ ਦਾ ਆਨੰਦ ਮਾਣਨ ਲਈ। ਜੇ ਐਂਡ ਕੇ ਦੀਆਂ ਪਹਾੜੀਆਂ ਵਿੱਚ ਪਹੁੰਚੋ, ਇੱਥੋਂ ਦਾ ਆਨੰਦ ਮਾਣੋ, ਦੁਨੀਆ ਦਾ ਆਨੰਦ ਮਾਣੋ। ਪਰ ਉਹਦੇ ਨਾਲ ਨਾਲ ਆਪਾਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਕੁਦਰਤ ਦੀਆਂ ਚੀਜ਼ਾਂ ਨਾਲ ਪਿਆਰ ਕਰੋ, ਫੁੱਲ ਪੌਦੇ ਲਗਾਓ, ਬੂਟੇ ਲਗਾਓ, ਆਪਣੀ ਧਰਤੀ ਮਾਂ ਨੂੰ ਬੰਜਰ ਹੋਣ ਤੋਂ ਬਚਾਓ। ਜੇ ਅਸੀਂ ਇੱਕ ਬੂਟੇ ਦੇ ਨਾਲ ਨਾਲ ਪਾਣੀ ਵੀ ਲਾਉਂਦੇ ਹਾਂ
ਉਹ ਵੀ ਇੱਕ ਧਰਤੀ ਮਾਂ 'ਤੇ ਬੂੰਦ ਜਾਂਦੀ ਹੈ। ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਦਾ ਆਨੰਦ ਮਾਣਨ ਲਈ ਅਸੀਂ ਪੈਸੇ ਖਰਚ ਕੇ ਇਹ ਦੁਨੀਆ 'ਤੇ ਆਉਂਦੇ ਹਾਂ ਦੇਖਣ ਵਾਸਤੇ, ਪਰ ਕਿਉਂ ਨਹੀਂ ਆਪਾਂ ਆਪਣੇ ਹੀ ਆਲੇ ਦੁਆਲੇ ਫੁੱਲ ਪੌਦੇ ਲਗਾ ਕੇ ਇਹਦਾ ਆਨੰਦ ਲੈਣਾ ਚਾਹੀਦਾ। ਥੱਲੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਦੇ ਲੋਕ ਕਿੱਦਾਂ ਛੋਟੀ ਛੋਟੀ ਖੇਤੀ ਨਾਲ ਆਪਣੇ ਜਿਹੜੇ ਜੀਵਨ ਬਤੀਤ ਕਰਦੇ ਆ। ਜਿਵੇਂ ਤੁਸੀਂ ਥੱਲੇ ਵੇਖ ਸਕਦੇ ਹੋ, ਇਹ ਮੱਕੀ ਦੀ ਫਸਲ ਹੈ, ਕੁਛ ਗੋਭੀ ਹੈ, ਕੁਛ ਰਾਜਮਾਂ ਆਈ, ਕੁਛ ਮਾਂ ਵਗੈਰਾ ਆਈ, ਫੁੱਲ ਗੋਭੀ ਹੈ, ਬੰਦ ਗੋਭੀ ਹੈ, ਮਟਰ ਹੈ, ਅਤੇ ਅਲੱਗ ਅਲੱਗ ਇਹ ਕਿਆਰੀਆਂ ਵਿੱਚ ਤੁਸੀਂ ਇਹ ਆਨੰਦ ਜਿਹੜਾ ਮਾਣ ਸਕਦੇ ਹੋ। ਇੱਥੇ ਛੋਟੇ ਛੋਟੇ ਘਰਾਂ ਦੇ ਵਿੱਚ ਇਹ ਲੋਕਾਂ ਨੇ ਆਪਣੀਆਂ ਆਪਣੇ ਟੱਬਲ ਪਾਲ ਰਹੇ ਹਨ। ਆਹ ਦੇਖੋ ਛੋਟਾ ਜਿਹਾ ਘਰ ਹੈ, ਇਹ ਛੋਟੀ ਜਿਹੀ ਖੇਤੀ ਹੈ, ਮਿਰਚਾਂ ਦੀ ਖੇਤੀ ਇਹਦੇ ਵਿੱਚ ਕੀਤੀ ਹੈ ਉਹਨਾਂ ਨੇ। ਇਹਦੇ ਨਾਲ ਨਾਲ ਵਿੱਚ ਪਾਣੀ ਦਾ ਵੀ ਕੁਦਰਤ ਦੇ ਬਲ ਹੀ ਇਹਨਾਂ ਦੀ ਉਮੀਦ ਹੁੰਦੀ ਆ ਵੀ ਕੁਦਰਤ ਦਾ ਮੀਂਹ ਆਵੇ ਅਤੇ ਫਿਰ ਇਹ ਜਿਹੜੀ ਖੇਤੀ ਆ ਉੱਪਰ ਇਹ ਫਿਰ ਤੁਸੀਂ ਉਹਦਾ ਫਿਰ ਆਨੰਦ ਮਾਣ ਸਕਦੇ ਹੋ। ਅਤੇ ਖੇਤੀ ਦੇ ਨਾਲ ਇਹਨਾਂ ਲੋਕਾਂ ਦਾ ਆਪਣਾ ਬਹੁਤ ਵਧੀਆ ਗੁਜ਼ਾਰਾ ਹੁੰਦਾ ਸੀ। ਹੁਣ ਅਸੀਂ ਹੌਲੀ ਹੌਲੀ ਡਾਊਨ ਨੂੰ ਜਾ ਰਹੇ ਹਾਂ। ਡਾਊਨ 'ਤੇ ਜਾ ਕੇ ਇਹ ਇੱਥੋਂ ਦਾ ਜਿਹੜਾ ਹੈੱਡ ਆਫਿਸ ਹੈ, ਅਤੇ ਇਹ ਹੈੱਡ ਆਫਿਸ ਵਿੱਚ ਇੱਥੇ ਇਹ ਜਿਹੜੀਆਂ ਜਿਨ੍ਹਾਂ 'ਤੇ ਅਸੀਂ ਜਾ ਰਹੇ ਹਾਂ ਡੱਬਿਆਂ 'ਤੇ, ਇੱਥੇ ਪਹੁੰਚ ਜਾਣਗੇ। ਇੱਥੋਂ ਫਿਰ ਵਾਪਸੀ ਜਾਣਗੇ। ਇੱਥੋਂ ਦਾ ਆਨੰਦ ਇਸ ਕਿਸਮ ਦਾ ਤੁਸੀਂ ਲੈ ਸਕਦੇ ਹੋ। ਇੱਥੇ ਯਾਤਰੀ ਸਾਰੇ ਪਹੁੰਚੇ ਹੋਏ ਆਨੰਦ ਮਾਣ ਰਹੇ ਆ। ਜਾਂਦੀ ਵਾਰ ਵੀ ਤੁਹਾਨੂੰ ਇੱਦਾਂ ਹੀ ਸਾਰਾ ਇੱਥੋਂ ਦਾ ਆਨੰਦ ਦੇਵਾਂਗੇ। ਜੈ ਹਿੰਦ।